ਲੋਕਾਂ ਦੇ ਰਾਫੀਆਂ ਨੂੰ ਸੀਡੀ ਦੇ ਨਾਲ ਕੋਈ ਨਾ ਕੋਈ ਮਿਲ ਜਾਣਾ। ਸੀਡੀ ਤੋਂ ਭਾਜੀ ਗੱਲ ਯਾਦ ਹੈਗੀ ਹੈ, ਕਹਿੰਦੇ ਸੀਡੀ ਦੀ ਰਮਜ ਹੁੰਦੀ ਹੈ ਕਿਸੇ ਕਿਸੇ ਨੂੰ, ਹਰ ਕੋਈ ਨਹੀਂ ਸਕਦਾ ਵਜਾ ਸੀਡੀ। ਸੀਡੀ ਮਾਰ ਕੇ ਰੈਫਰੀ ਫੋਲ ਦਿੰਦੇ ਤੇ ਦਿੰਦੀ ਹੈ ਮੈਚ ਪਸਾ ਸੀਡੀ। ਬਸ ਅੱਡੇ ਦੇ ਕਨੈਕਟਰ ਜਦ ਵਜਾਉਣ ਸੀਡੀ ਉਦੋਂ ਦਿੰਦੀ, ਫਿਰ ਬਸ ਚਲਾ ਸੀਡੀ। ਕੁੜੀਆਂ ਦੇ ਸਕੂਲ ਕਾਲਜ ਅੱਗੇ ਨਾ ਸੀਡੀ ਮਾਰ ਦਿਓ, ਉੱਥੇ ਦਿੰਦੀ ਫਿਰ ਛਿੱਤਰ ਪਵਾ ਸੀਡੀ, ਉੱਥੇ ਦਿੰਦੀ ਫਿਰ ਛਿੱਤਰ ਪਵਾ ਸੀਡੀ। ਜੇ ਦਿਲੋਂ ਖੁਸ਼ ਹੋ ਤਾਂ ਫਿਰ ਤਾੜੀ ਮਾਰ ਕੇ ਦੱਸਿਆ ਜਿਹੜਾ ਗਾਂਧੀ ਹੋਇਆ। ਖੇਡ ਮੈਦਾਨ ਦੇ ਵਿੱਚ ਪਹਿਲੀ ਕਬੱਡੀ ਪਾਉਂਦਾ ਕਿ ਚਿੱਟੀ ਘੋੜੀ ਦੇ ਵਕੀਲਾ ਤੇਰੀ, ਜੇ ਪਹਿਲੀ ਪੇਸ਼ੀ ਆ ਛੁੜ ਦੇ ਕਿ ਚਿੱਟੀ ਘੋੜੀ ਦੇ ਵਕੀਲਾ ਤੇਰੀ। ਲੈਦੀ ਫੋਨਦੀ ਫਰੀ ਆਈ ਜਾਂਦਾ, ਕਹਿੰਦੇ ਤੇਰਾ ਵੀ ਨਾਮ ਚੱਲਦਾ। ਇਹ ਠੰਡਿਆਂ ਵਾਲਾ ਜਿੰਦਰ ਹੈ ਜਿਹਨੂੰ ਆਪਾਂ ਵਰਲਡ ਕਬੱਡੀ ਲੀਗ ਦੇ ਵਿੱਚ ਦੇਖਿਆ ਹੈ ਸੋਨੀ ਸਿੰਘ ਚੈਨਲ ਦੇ ਉੱਪਰ। ਲੈਦੀ ਸਮਰਾਟ ਸਿੰਘ ਸ਼ਾਂਤੂ ਦੀ ਕਬੱਡੀ ਹੈ ਖੇਡ ਮੈਦਾਨ ਦੇ ਵਿੱਚ। ਸ਼ਾਂਤੂ ਦੀ ਕਬੱਡੀ ਸਾਰਗੜ੍ਹ ਦੀ ਧਰਤੀ ਦਾ ਦਾਇਰ ਦਾ ਭਰਾਵਾਂ ਵਾਲਾ ਪਿਆਰ ਹੈ। ਉਹ ਸਾਹਮਣੇ ਚਾਰ ਜਾਫੀਆਂ ਦੇ ਵਿੱਚੋਂ ਲੜਕੇ ਵਧੀਆ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ। ਇਹ ਨਿਰਮਲ ਲੋਕੋ ਗਿਆ ਵਾਲਾ ਸੁਗਾ ਸਾਹਿਬ ਕਹਿੰਦੇ ਵੀ ਅਗਲੀ ਵਾਰ ਦੀ ਧਰਤੀ ਦੇ ਕੱਪ ਹੋਇਆ 11,000 ਰੁਪਈਆ ਕਹਿੰਦੇ ਪਹਿਲੀ ਲਾਫੀ ਔਰ ਵਿੱਚ ਧਾਜੀ ਦਾ ਰੱਖਿਆ ਗਿਆ। ਕਹਿੰਦੇ ਵੀ ਸਿਰੇ ਦੀਆਂ ਕਬੱਡੀਆਂ ਪਈਆਂ ਨੇ ਔਰ ਸਾਹਮਣੇ ਨਿਰਮਲ ਲੋਕੋ ਗਿਆ ਵਾਲਾ ਤੇ ਭਾਜਾ ਮਾਸੀ ਦੇ ਪੁੱਤਾਂ ਕਿੱਧਰ ਦੀ ਭੱਜਦਾ ਕਿ ਭਾਜਾ ਮਾਸੀ ਦੇ ਪੁੱਤਾਂ ਯੱਗਾ ਭੁੱਸਿਆਗੜ੍ਹ ਦਾ ਆਪਣੀ ਟੀਮ ਦੇ ਹਿੱਸੇ ਜੁੜਦਾ ਹੈ। ਚੱਲ ਦਲਜੀਤ ਪਾ ਫਿਰ ਕਬੱਡੀ, ਲਓ ਸਾਹਮਣੇ ਕਬੱਡੀ ਦੇ ਖੇਡ ਮੈਦਾਨ ਦੇ ਦਲਜੀਤ ਕਬੱਡੀ ਪਾਉਣ ਨੂੰ ਵਾਧਾ। ਇੱਕ ਗੰਦੀ ਦੇ ਥਾਂਦੇ ਵਾਲਾ ਤੇ ਦਾ ਗੋਪੀ ਹੈ ਤੇ ਲਾਡੀ ਦਾ ਕਹਿੰਦੇ ਤੇ ਮੰਨੂ ਪੰਜ ਵਾਰ ਦੀ ਧਰਤੀ ਦਾ ਚੈਨ। ਚਾਲੂ ਕਬੰਦਾ ਪਾਸ ਕਬੱਡੀ, ਲਓ ਸਾਹਮਣੇ ਕੌਣ ਹੈ ਰਾਜਨ ਸੋਹ ਬੰਦਾ ਕਬੱਡੀ ਪਾਉਣ ਨੂੰ ਵਾਧਾ। ਮੇਰੇ ਵੀਰੋ ਕਿ ਕੋਚਾਂ ਦੀਆਂ ਮਾਰਾਂ ਖਾਧੀਆਂ ਨੇ, ਆ ਲਿਸ਼ਕ ਦੀਆਂ ਫਿਰ ਜਵਾਨੀਆਂ ਨੇ, ਲੱਖ ਲੱਖ ਦੀ ਕੌਡੀ ਪੈਂਦੀ ਹੈ, ਸਭ ਖੇਡ ਪ੍ਰਮੋਟਰਾਂ ਦੀਆਂ ਮਿਹਰਬਾਨੀਆਂ ਨੇ ਕਿ ਅੱਜ ਖਿਡਾਰੀ ਵੀ ਖੁਸ਼ਹਾਲ ਹੋਏ। ਹੈ ਤੂੰ ਪੱਜਦਾ ਵਿੱਚ ਸਪੇਰਾਂ ਦੇ, ਤੂੰ ਵੀ ਤੰਗ ਵੇਖ ਜਵਾਨਾ, ਵੇਖ ਜਵਾਨਾ ਹੱਥ ਹੱਥ ਜੁੜ ਗਈ ਸ਼ੇਰਾਂ ਦੇ ਤੇ ਹੱਥ ਜੁੜ ਗਈ ਸ਼ੇਰਾਂ ਦੇ। ਰਾਇਲ ਰੇਡਰ ਦੇ ਹਿੱਸੇ ਜੁੜ ਗਏ ਹੈ। ਜਾਲੂ ਕਬਰ ਦਾ ਪਾਸ ਕਬੱਡੀ, ਕੌਣ ਸ਼ਬਦ ਦਾ ਘਮਾਨ ਦਿੰਦਾ ਹੈ ਦਸਕਿਓ ਖੇਡ ਮੈਦਾਨ ਚ ਸ਼ਬਦ ਘਮਾਨ ਵਾਲੇ ਦੀ ਪਾਈ ਵੀ ਕਬੱਡੀ ਤੇ ਸਾਜੇ ਕਹਿੰਦੇ ਸ਼ੇਰ ਘੂਰੀਆਂ ਵੜਦਾ ਹੈ। ਖੇਡ ਮੈਦਾਨ ਚ ਸ਼ਬਦ ਦੀ ਕਬੱਡੀ ਹੈ। ਸਾਹਮਣੇ ਚਾਰ ਯਾਫੀ ਇਹ ਮਾਰਦਾ ਪਰਦੇ ਥਾਪੀ ਧਮਕ ਸਮਾਨ ਦਿੰਦੀ ਹੈ। ਦੁਨੀਆ ਨਹੀਂ ਮੰਨਦੀ ਇੱਕ ਦੇ ਯੋਗ ਤੇ ਮਨਾਉਣੀ ਪੈਣੀ ਹੈ ਕਿ ਬਣ ਕੇ 2011 ਵਾਲਾ ਗੋਪੀ ਤੇ ਸੁੱਕਿਆ ਖੇਡ ਵਿਖਾਉਣੀ ਪੈਣੀ ਹੈ, ਖੇਡ ਵਿਖਾਉਣੀ ਪੈਣੀ ਹੈ। ਲਓ ਕਾਕੇ ਦੀ ਕਬੱਡੀ ਹੈ, ਸਾਹਮਣੇ ਚਾਰ ਯਾਫੀ ਕਮਾਲਾ ਵਾਲਿਆ, ਉਹਨਾਂ ਨੇ ਤੁਹਾਡਾ ਛਾਡਾ ਢਾਇਆ, ਉਹਨਾਂ ਦਾ ਕਾਕਾ ਸਿਰਤਾ ਨਾ ਜਾਵੇ ਕਰੂਗਾ। ਇਹ ਆ ਕਾਕਾ ਪੰਜਗੜ ਦੀ ਧਰਤੀ ਦਾ, ਪਰ ਫੈਂਡ ਕਹਿੰਦੇ ਜਿਹੜਾ ਟੈਕਨੀਕਲ ਫੈਂਡ ਹੈ ਉਹ ਇੱਧਰ ਦੇ ਹਿੱਸੇ ਜੁੜ ਗਿਆ। ਚੱਲ ਕਾਕਾ ਦੂਸਰੇ ਨੂੰ ਵਧਾਈ ਨਾ, ਛੜੇ ਨੂੰ ਵਜਾਈ ਨਾ, ਤੈਨੂੰ ਪੁਆਇੰਟ ਮਿਲ ਗਿਆ, ਤੂੰ ਕਿਹਦੀ ਰਜਿਸਟਰੀ ਕਰਾਉਣੀ ਹੈ। ਪੁਆਇੰਟ ਲੀਡਰ ਦੇ ਹਿੱਸੇ ਜੁੜ ਗਿਆ। ਚੱਲ ਰੁਕਿਆ ਪਾਸ ਕਬੱਡੀ, ਲਓ ਰੁਕਾ ਬੈਰੋ ਦੇ ਪਿੰਡ ਦਾ ਕਬੱਡੀ ਪਾਉਣ ਨੂੰ ਵਾਧਾ ਹੈ। ਖਾਂਦੇ ਪਿੰਡ ਦੇ ਕੇਂਦਰ ਦੇ ਕਹਿੰਦੇ ਦੁਨੀਆ ਨੱਚਦੀ ਹੈ ਜਦੋਂ ਜੱਫਾ ਲਾਉਂਦਾ ਹੈ ਖੇਡ ਮੈਦਾਨ ਦੇ ਵਿੱਚ। ਕਬੱਡੀ ਕਬੱਡੀ ਰੁਕੇਗੀ, ਖਾਂਦੀ ਪੁਰੀਆ ਪੁਰੀਆ
ਕੀ ਪੁਰ ਗਿਆ ਫਾਇਰ ਕਹਿੰਦੇ ਇੰਟਰਨੈਟ ਸੇ ਜੁੜ ਗਿਆ ਫਾਇਰ ਰੇਡਰ ਦੇ ਖਾਤੇ ਜੁੜਦਾ ਹੈ ਚਲੋ ਸ਼ੈਂਟੂ ਪਾਸ ਕਬੱਡੀ ਤੇ ਸ਼ੈਂਟੂ ਸਾਰਕ ਨੇ ਬਿੜਦਾ ਕਬੱਡੀ ਬਾਨ ਵੱਧ ਕਿ ਚੱਲ ਮੇਲੇ ਨੂੰ ਚੱਲੀਏ ਤਾਲਾ ਗੇਰ ਤੋਂ ਗੱਡੀ ਦਾ ਚੱਲ ਮੇਲੇ ਨੂੰ ਚੱਲੀਏ ਤਾਲਾ ਗੇਰ ਤੋਂ ਗੱਡੀ ਦਾ ਤਾਲਾ ਗੇਰ ਤੋਂ ਗੱਡੀ ਦਾ 25 ਮਿੰਟ ਦੀ ਧਰਤੀ ਤੇ ਮੇਲਾ ਲੱਗਿਆ ਮਾਖੇੜ ਕਬੱਡੀ ਦਾ ਮਾਖੇੜ ਕਬੱਡੀ ਦਾ ਇਹ ਸ਼ੈਂਟੂ ਸਾਰਕ ਨੇ ਬਿੜਦਾ ਜਿਹਨੇ ਹੁਣ ਕਬੱਡੀ ਪਾਈ ਹੈ ਤੇ ਪੁਆਇੰਟ ਕਹਿੰਦੇ ਰੇਡਰ ਦੇ ਹਿੱਸੇ ਜੁੜ ਗਿਆ ਕਿ ਕਾਲੀ ਕਰਨੀ ਮਿੱਤਰਾਂ ਦੀ ਰਾਤੀ ਤੁੱਟ ਗਈ ਨੀਂਦ ਨਾ ਆਈ ਪੁਆਇੰਟ ਰੇਡਰ ਦੇ ਹਿੱਸੇ ਜੁੜ ਗਿਆ ਚੱਲ ਖਬਰ ਦਾ ਪਾਸ ਕਬੱਡੀ ਕਿ ਨਿਰਮਲ ਲੋਪੋ ਕੇ ਬਿੜਦਾ ਕਬੱਡੀ ਪਾਉਣ ਨੂੰ ਵੱਧ ਹੈ ਫਿਰ ਮੈਦਾਨ ਚ ਨਿਰਮਲ ਦੀ ਕਬੱਡੀ ਲਾ ਵੀ ਸੰਦੀਪ ਵਰਗਾ ਤਿਆਰੀ ਫਿਰਦਾ ਇੱਕ ਅੰਨੀ ਦੇ ਠਾਂਦਿਆਂ ਵਾਲਾ ਕੇਂਦਰ ਤੇ ਮੰਨੋ ਪੰਜ ਵੜੀਆ ਮੰਨੋ ਪੰਜ ਵੜੀਆ ਮੰਨੋ 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 ਦਰਸ਼ਕੋ ਜੇ ਮੈਚ ਵਧੀਆ ਲੱਗਦਾ ਤਾਰੀ ਤੂਰੀ ਜ਼ੋਰਦਾਰ ਮਾਰ ਦੋ ਜ਼ੋਰਦਾਰ ਤਾਰੀਆਂ ਮਾਰ ਦੋ ਜੇ ਕਬੱਡੀ ਦਾ ਮੈਚ ਵਧੀਆ ਲੱਗਦਾ ਲਓ ਖੇਡ ਮੈਦਾਨ ਤੇ ਬਲਜੀਤ ਕਬੱਡੀ ਬਾਨੋ ਵਾਧਾ ਹੋਇਆ ਬਲਜੀਤ ਦੀ ਕਬੱਡੀ ਤੇ ਫਰੰਦੀ ਪੁਰੀਆ ਫਰੰਦੀ ਪੁਰੀਆ ਫਰੰਦੀ ਪੁਰੀਆ ਪੁਆਇੰਟ ਰੇਡਰ ਦੇ ਹਿੱਸੇ ਜੁੜਦਾ ਹੋਇਆ ਜੇ ਫਰੰਦੀ ਪੁਰੀਆ ਦੀ ਖੇਡ ਨੂੰ ਪਿਆਰ ਕਰਦੇ ਤੇ ਤਾਰੀ ਜ਼ੋਰਦਾਰ ਮਾਰ ਦੋ ਜੇ ਫਰੰਦੀ ਪੁਰੀਆ ਦੀ ਖੇਡ ਨੂੰ ਪਿਆਰ ਕਰਦੇ ਜੇ ਜ਼ੋਰਦਾਰ ਤਾਰੀਆਂ ਮਾਰ ਦੋ ਵੀਰ ਲਓ ਰਾਜਨ ਸੋਹ ਪਿੰਡ ਵਾਲਾ ਕਬੱਡੀ ਬਾਨੋ ਵਾਧਾ ਹੋਇਆ ਰਾਜਨ ਦੀ ਪਈ ਸੀ ਕਬੱਡੀ ਸਾਹਮਣੇ ਚਾਰ ਯਾਸੀ ਹੈ ਚੌਹਾਂ ਭਰਾਵਾਂ ਦੀ ਘੁੰਮਦੀ ਸੀ ਚੈਨ ਕਿ ਖੇਡ ਦੇ ਮੈਦਾਨ ਵਿੱਚ ਖਿੱਚਦੀ ਲਕੀਰ ਅੱਜ ਪਤਾ ਲੱਗੂ ਕਿਹਦਾ ਤਕੜਾ ਸਰੀਰ ਕਿਹਦਾ ਤਕੜਾ ਸਰੀਰ ਕੱਢੀ ਚੀਮੇ ਵਾਂਗੂ ਪਾ ਦੇ ਕਬੱਡੀਆਂ ਕਿ ਜਿੱਤਣ ਨਹੀਂ ਦੇਣਾ ਕੋਈ ਹੋਰ ਮਿੱਤਰ ਜੋ ਸਾਹਮਣੇ ਪਿਆ ਤੱਪ ਕੇ ਨੇ ਝੁਕਣਾ ਲਾ ਕੇ ਡੌਲਿਆ ਪੱਟਾਂ ਦਾ ਜ਼ੋਰ ਮਿੱਤਰ ਲਾ ਕੇ ਡੌਲਿਆ ਪੱਟਾਂ ਦਾ ਜ਼ੋਰ ਮਿੱਤਰ ਲਓ ਸਾਹਮਣੇ ਰੂਪਾ ਕਬੱਡੀ ਪਾਉਣ ਨੂੰ ਵਾਧਾ ਮੇਰੇ ਵੀਰੋ ਰੂਪੇ ਦੀ ਪਈ ਹੋਈ ਕਬੱਡੀ ਕਿ ਸਭ ਤੋਂ ਸੋਹਣਾ ਜਾਫਾ ਫਰੰਦੀ ਧੁਰ ਦੇ ਗੋਪੀ ਦਾ ਸੁਖਮਣ ਚੋਲੇ ਵਾਲਾ ਨੀ ਜੇ ਕਿਸੇ ਤੋਂ ਰੋਕੀ ਦਾ ਹਰ ਚੰਦ ਲਾਖਰੇ ਵਾਲਾ ਵੀ ਖਾਲੀ ਹੱਥ ਮਿੜਦਾ ਨੀ ਪਿਆ ਗਲਾਵਾ ਸਮੇਂ ਤੇ ਸਾਜੋ ਦਾ ਛੁੱਟਦਾ ਨੀ ਕਿ ਕੋਈ ਬਿਰਲਾ ਸੂਰਮਾ ਦੱਕੇ 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 ਕਲਸੀਆਂ ਵਾਲੇ ਸ਼ਿੰਦਰ ਨੂੰ ਇਹ ਥਾਂਦੇ ਪਿੰਡ ਦਾ ਗੰਦਰ ਥਾਂਦੇ ਪਿੰਡ ਦਾ ਗੰਦਰ ਹੈ ਜਿਹਨੇ ਹੁਣ ਜਫਾ ਲਾਇਆ ਕਹਿੰਦੇ ਸਿੱਖ ਸਰਦਾਰ ਤੇ ਨਾਲੇ ਟੀਮ ਦਾ ਮੋਢੀ ਹੈ ਰੇਡਰ ਨੂੰ ਢਾ ਕੇ ਫਿੱਕ ਤੇ ਬਹਿੰਦਾ ਰਤਨਗੜ੍ਹ ਦਾ ਸੋਢੀ ਹੈ ਫਰੰਦੀ ਪੁਰੀਏ ਦੀ ਦੁਨੀਆ ਫੈਨ ਯਾਰ ਬੱਚਾ ਬੱਚਾ ਵੀ ਇਹਨੂੰ ਜਾਣਦਾ ਹੈ ਕਿਰਲਗੜ ਵਾਲਿਆ ਦੁਨੀਆ ਨੱਚ ਉੜਦੀ ਜਫਾ ਲੱਗਦਾ ਜਦ ਥਾਂਦਿਆਂ ਵਾਲੇ ਗਿੰਦਰ ਭਲਵਾਨ ਦਾ ਹੈ ਕਿ ਕਿਰਲਗੜ ਵਾਲਿਆ ਸੋਨੂੰ ਦੁਨੀਆ ਨੱਚ ਉੜਦੀ ਜਫਾ ਲੱਗਦਾ ਜਦ ਥਾਂਦਿਆਂ ਵਾਲੇ ਗਿੰਦਰ ਭਲਵਾਨ ਦਾ ਉਹ ਸ਼ੈਂਟੂ ਦੀ ਕਬੱਡੀ ਤੇ ਜੇ ਮੈਚ ਵਧੀਆ ਲੱਗਦਾ ਤਾੜੀਆਂ ਤੂੜੀਆਂ ਮਾਰੀ ਜਾਓ ਦਰਸ਼ਕੋ ਮਾਰ ਸੋਹਣਿਆ ਕੈਂਚੀ ਮੇਰੇ ਇੱਧਰ ਸੁੱਕਾ ਜਾਵੇ ਨਾ ਮਾਰ ਸੋਹਣਿਆ ਕੈਂਚੀ ਮੇਰੇ ਇੱਧਰ ਸੁੱਕਾ ਜਾਵੇ ਨਾ ਲਓ ਨਿਰਮਲ ਕਬੱਡੀ ਪਾਉਣ ਨੂੰ ਵੱਧ ਕੋਈ ਇਹਦਾ ਪਿੰਡ ਚੌੜੇ ਮਧਰੇ ਦੱਸਦਾ ਕੋਈ ਪਿੰਡ ਬੋੜੀਆਂ ਦੱਸਦਾ ਤੇ ਕੋਈ ਨਿਰਮਲ ਲੋਪੋ ਕੇ ਪਿੰਡ ਦਾ ਕਹਿੰਦਾ ਚੌੜੇ ਮਧਰੇ ਪਿੰਡ ਹੈ ਤੇ ਲੋਪੋ ਕੇ ਤੇ ਸਾਂਦੀ ਪਈ ਹੈ ਗੋਪੀ ਨਾਲ ਹੱਥ ਜੋੜੀਆਂ ਗੋਪੀ ਨਾਲ ਤੇ ਪੁਆਇੰਟ ਕਹਿੰਦੇ ਰੇਡਰ ਦੇ ਹਿੱਸੇ ਜੁੜ ਗਿਆ ਤੇ ਪੁਆਇੰਟ ਰੇਡਰ ਦੇ ਹਿੱਸੇ ਜੁੜਦਾ ਤੇ ਸੀਸੇ ਮੂਹਰੇ ਛਾਤੀ ਤਾਂ ਹਰੇਕ ਤਣਦਾ ਤਾਰਾ ਸਿੰਘ ਘਰ ਤੇ ਹਰੇਕ ਬਣਦਾ ਜਦੋਂ ਪੈਂਦੇ ਆ ਬਗਾਨਿਆਂ ਨਾਲ ਵਾਹ ਯੋਧਿਆ ਲੈਂਦੇ ਨੇ ਬਗਾਨੇ ਪੁੱਤ ਢਾ ਯੋਧਿਆ ਲੈਂਦੇ ਨੇ ਬਗਾਨੇ ਪੁੱਤ ਢਾ ਯੋਧਿਆ ਹੈਲੋ ਹੈਲੋ ਲੋਕ ਕਹਿੰਦੇ ਵੀ ਕਬੱਡੀ ਦਾ ਬਹੁਤ ਤਗੜਾ ਮੁਕਾਬਲਾ ਜੱਗਾ ਭੂਸਿਆਂ ਪਿੰਡ ਵਾਲਾ ਖੇਡ ਮੈਦਾਨ ਦੇ ਵਿੱਚ ਨਾਲ 500 ਦੇ ਮਾਨ ਸਨਮਾਨ ਪੁੱਜੇ ਨੇ ਵੱਡਾ ਧੰਨਵਾਦ ਹੈ 100 ਰੁਪਈਏ ਦੇ ਹੋਰ ਮਾਨ ਸਨਮਾਨ ਹੈ ਲੋਕ ਕਬੱਡੀ ਖੇਡ ਮੈਦਾਨ ਦੇ ਵਿੱਚ ਕਹਿੰਦੇ ਵੀ ਚਾਰ ਪਾਉ ਦੇ ਯਾਸੀਆਂ ਦੀ ਘੁੰਮਦੀ ਹੋਈ ਚੈਨ ਹੈ ਲੋਕ ਕਹਿੰਦੇ ਫਰੰਦੀ ਪੁਰੀਆ ਇੱਡਾ ਕਹਿੰਦੇ ਤੈਨੂੰ ਹਿਮਾਲਿਆ ਪਰਬਤ ਦਾ ਖਿਤਾਬ ਮਿਲਿਆ ਨੰਗਰੰਗੀਆਂ ਦੇ ਸੰਦੀਪ ਨੂੰ ਸੰਦੀਪ ਨੂੰ ਸੰਦੀਪ ਨੂੰ ਗਲੇਡੀਏਟਰ ਦਾ ਖਿਤਾਬ ਨਹੀਂ ਰੀਸਾ ਮੇਰੇ ਡਾਡੇ ਵਾਲੇ
ਜ਼ਿੰਦਗੀ ਵਿੱਚ ਕੁਝ ਬਣਦਾ ਤਾਂ ਮਨ ਨੂੰ ਮਾਰਨਾ ਪੈਂਦਾ ਹੈ। ਉਧਰ 500 ਰੁਪਏ ਦੇ ਵੱਡੇ ਮਾਣ ਹੈ ਫਰੰਦੀਪੁਰੀ ਦਾ, ਸਰਦਾਰ ਸਾਹਿਬ ਸਿੰਘ ਜੀ ਉਹਨਾਂ ਵੱਲੋਂ 500 ਰੁਪਏ ਦੇ ਤੇਰੇ ਵਾਸਤੇ ਵੱਡੇ ਮਾਣ ਹੈ, ਕਿਉਂਕਿ ਜਫੇ ਤੋਂ ਖੁਸ਼ ਹੋ ਕੇ 500 ਰੁਪਏ ਦੇ ਵੱਡੇ ਮਾਣ ਹੈ ਸਰਦਾਰ ਸਾਹਿਬ ਸਿੰਘ ਜੀ ਉਹਨਾਂ ਵੱਲੋਂ ਫਰੰਦੀਪੁਰੀ ਗੋਪੀ ਵਾਸਤੇ ਹੈ। ਪੁਆਇੰਟ ਰੇਡਰ ਦੇ ਹਿੱਸੇ ਜੁੜ ਗਿਆ ਤਕੜਾ ਜਿਹੜਾ ਕਬੱਡੀ ਦਾ ਮੁਕਾਬਲਾ ਖੇਡ ਮੈਦਾਨ ਚ ਖੇਡਿਆ ਜਾ ਰਿਹਾ। ਆਪ ਸਮਾਂ ਹੋ ਗਿਆ ਜੀ, ਆਪ ਸਮਾਂ ਹੋ ਗਿਆ, ਆਪ ਸਮੇਂ ਦਾ ਸਕੋਰ ਦੱਸ ਦਿਓ। 14.5 ਤੇ ਬਾਪੂ ਗਾਇਆ ਸੀ ਜੀ ਸਪੋਰਟਸ ਕਲੱਬ ਫਰੰਦੀਪੁਰ ਦੇ ਪੁਆਇੰਟ 16 ਤਾੜੀਆਂ ਜ਼ੋਰਦਾਰ ਖੋਦੇ ਦੱਸੋ। ਅਗਲੀ ਗੱਲ ਮਾਈਕ ਦੇ ਸ਼ੇਰਾ ਸ਼ੇਰ ਸ਼ੇਰਾ ਠੱਠੇ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰਾਂ ਜੋਗੜੀ ਤੇ ਤਦ ਛਮੇਸ਼ ਅੱਗੇ ਮੇਰੇ ਭਾਗਾਂ ਵਿੱਚ ਪੰਥ ਦਾ ਪਿਆਰ ਲਿਖਦੇ, ਮੇਰੀ ਤਲਵਾਰ ਤੇ ਲਿਖਦੇ ਜਬਰਨਾਮਾ, ਮੇਰੀ ਢਾਲ ਤੇ ਚੰਡੀ ਦੀ ਵਾਰ ਲਿਖਦੇ। ਅਣਖੋ ਸੱਖਣੇ ਦਿਲਾਂ ਦੇ ਕਾਗਜ਼ਾਂ ਤੇ ਚੜ੍ਹਦੀ ਕਲਾ ਦੇ ਅੱਖਰ ਚਾਰ ਲਿਖਦੇ। ਸਾਜਨ ਵਾਸਤਾ ਕੌਮ ਦੇ ਨਾਲ ਤੇ ਇੱਕ ਹੋਰ ਅਜੀਤ ਦੇ ਜਾਰ ਲਿਖਦੇ ਕਿ ਸਾਜਨ ਵਾਸਤਾ ਕੌਮ ਦੇ ਨਾਲ ਤੇ ਇੱਕ ਹੋਰ ਅਜੀਤ ਦੇ ਜਾਰ ਲਿਖਦੇ। ਅੱਜ ਸਰਬੱਤ ਸੰਗਤਾਂ ਦਾ ਧੰਨਵਾਦ ਹੈ, ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਪ੍ਰਬੰਧਕ ਵੀਰਾਂ ਦਾ ਧੰਨਵਾਦ ਹੈ ਕਿ ਜਿਹਨਾਂ ਨੇ ਇੱਕ ਵਾਰੀ ਪ੍ਰਬੰਧ ਕਰਕੇ ਬਾਅਦ ਚ ਹੋਰ ਕਰਕੇ ਇੱਥੋਂ ਟੂਰਨਾਮੈਂਟ ਜਿਹੜਾ ਇੱਥੇ ਲੈ ਆਉਂਦਾ। ਸੋ ਸਾਰੇ ਪ੍ਰਬੰਧਕ ਵੀਰਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਅੱਜ ਸ਼ਹੀਦਾਂ ਦੀ ਧਰਤੀ ਤੇ ਜੋੜ ਮੇਲਾ ਲੱਗਿਆ। ਆਪਾਂ ਪਹਿਲਾਂ ਸ਼ਹੀਦ ਜੀ ਦਾ ਇਹ ਸਲਾਨਾ ਜੋੜ ਮੇਲਾ, ਇਹ ਸਲਾਨਾ ਕਬੱਡੀ ਕੱਪ ਕਰਵਾਇਆ ਜਾ ਰਿਹਾ। ਫਾਈਨਲ ਮੈਚ ਦੀਆਂ ਟੀਮਾਂ ਦੇ ਖਿਡਾਰੀਆਂ ਨੂੰ ਬੇਨਤੀ ਹੈ ਕਿ ਗਰਾਊਂਡ ਦੇ ਵਿੱਚ ਪੁੱਜ ਬਣਾ। ਫਾਈਨਲ ਮੈਚ ਦੀ ਇਸ ਮੈਚ ਤੇ ਜਿਹੜੀ ਟੀਮ ਜਿੱਤੇਗੀ ਉਹ ਟੀਮ ਦੇ ਗਰਾਊਂਡ ਵਿੱਚ ਰਹੇਗੀ। ਜਿਹੜੀ ਪਹਿਲੇ ਸੈਮੀਫਾਈਨਲ ਵਿੱਚ ਟੀਮ ਜਿੱਤੀ ਹੈ ਉਹਨੂੰ ਬੇਨਤੀ ਹੈ ਕਿ ਗਰਾਊਂਡ ਦੇ ਵਿੱਚ ਪੁੱਜਣ। ਅਗਲੀ ਕਬੱਡੀ ਪਾਰ ਨਜ਼ਮਾਨਾ, ਅਗਲੀ ਕਬੱਡੀ ਆਓ ਸਮੇਂ ਮਨਜੀਤ ਦਾ 14 ਗੱਡੀ ਪੁੱਜ ਗਈ ਆ ਸਟੇਸ਼ਨ ਤੇ। ਬੜਾ ਹਜ਼ਾ ਲੋਕ ਆਊਗੇ ਮੈਨੂੰ ਮਾਹੀਆ ਵੇਖਣ ਲਈ। ਖਿਡਾਰੀ ਖੇਡਦੇ ਨੇ ਮੇਰੇ ਚੁਗਾਨੇ ਵਰਗੇ ਖਿਡਾਰੀ ਅੱਜ ਬਾਬਾ ਸਿੱਧ ਸਿਰਦਾ ਸਪੋਰਟਸ ਕਲੱਬ ਲਈ ਖੇਡਦੇ ਨੇ। ਉਹ ਰਾਜਾ ਇਸ ਵੇਲੇ ਫਰੰਦੀਪੁਰ ਦੇ ਲਈ ਇੱਕ ਅੰਗ ਛੱਟ ਨੇ ਜੋੜ ਦਿੱਤਾ ਹੈ। ਪਿਛਲੇ ਸਾਲ ਕਬੱਡੀ ਕੰਮ ਹੋਇਆ, ਛਾਟੂ ਨੌਜਵਾਨ ਨੇ ਬਹਿਰਿਆ ਕਰਵਾ ਦਿੱਤੀ ਆ। ਦਿਨ ਲੁੱਟੋਂ ਭਰੀਆਂ ਕਬੱਡੀਆਂ ਪਾਈਆਂ ਪਿਛਲੇ ਕਬੱਡੀ ਕੱਪ ਦੇ ਵਿੱਚ ਹੈ। ਬਾਬਾ ਪੱਲਾ ਸ਼ਹੀਦ ਜੀ ਆ ਜਾਲ ਵਾਲੀ ਕਬੱਡੀ ਕੱਪ ਦੇ ਵਿੱਚ ਨੌਜਵਾਨਾਂ ਅਗਲੀ ਕਬੱਡੀ ਔਰ ਅਗਲੀ ਕਬੱਡੀ ਪਾਉਣ ਵਾਸਤੇ ਰੂਪੇ ਦਾ ਜਾਰੇ ਦੇ ਪਿੰਡ ਹੈ ਜਿੱਥੋਂ ਜਸਵੀਰ ਕੌਰ ਜੱਸੂ ਨੇ ਹਿੰਦੁਸਤਾਨ ਦੀ ਕਬੱਡੀ ਟੀਮ ਵਾਲੀ ਕਬੱਡੀ ਖੇਡੀ ਆ। ਦੂਜੇ ਪਾਸੇ ਵੇਖਾਂਗੇ ਕਿ ਇੱਕ ਪਾਸੇ ਜੱਗਾ ਬਾਡਰੇ ਏਰੀਆ, ਆਹ ਵੇਖਾਂਗੇ ਕਿ ਜੱਗਾ ਭੁਸਿਆਂ ਵਾਲਾ ਜਿਹੜਾ ਉਹ ਆਪਣੀ ਕਬੱਡੀ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ। ਅਗਲੀ ਕਬੱਡੀ ਪਾਰ ਨਜ਼ਮਨ ਨਿਰਮਲ, ਅਗਲੀ ਕਬੱਡੀ ਪਾਉਣ ਵਾਸਤੇ ਵਾਧਾ ਹੋਇਆ ਚੌੜੇ ਮਗਰੇ ਬੜਾ ਨਿਰਮਲ ਇਸ ਵੇਲੇ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੈ। ਪਾਰ ਨਜ਼ਮਨ ਕਬੱਡੀ ਹੁਣ ਕੌਣ ਰੋਕੂ, ਕੌਣ ਰੱਖ ਪਾਵੇਗਾ? ਆਹ ਸਮਾਂ ਦੇਖਦੇ ਕਿ ਨਿਰਮਲ ਕੇ ਕਦਮ ਰੱਖਦਾ ਹੈ ਕਿ ਜਿੱਥੇ ਕੱਦ ਰੱਖਦਾ ਉੱਥੇ ਉੱਗਦਾ ਸਿਰਦਾ ਬੂਟਾ। ਇਹ ਕਬੱਡੀ ਖਿਡਾਰੀ ਅੰਕਲ ਨਿਰਮਲ ਨੇ ਆਪਣੀ ਟੀਮ ਦੇ ਖਾਤ ਬਜੁਰਗ ਦਿੱਤਾ ਹੈ। ਜੱਗੇ ਦੀ ਅਗਲੀ ਕਬੱਡੀ ਹੈ, ਦੋ ਜੱਪੇ ਨੇ ਜੱਗਾ ਕਬੱਡੀ ਪਾਉਣ ਲਈ ਵਧਿਆ ਹੋਇਆ। ਕਹਿੰਦੇ ਢੱਕਣ ਖੋਲੇ ਤਾਂ ਲੱਗੇ ਪਤਾ ਦਾਰੂ ਘਰ ਦੀ ਵਿੱਤ ਕਚਾਰੀ, ਲੱਗੇ ਪਤਾ ਜਨਾਨੀ ਸ਼ਹੀਦ ਹੈ। ਜੀਟੀ ਰੋਡ ਤੇ ਟਾਇਰ ਬੋਲਦਾ ਚੰਗੀ ਗੱਡੀ ਦਾ, ਪੇੜ ਪਾਏ ਤੇ ਦੱਸੇ ਕੱਪੜਾ ਕਿਹੜੀ ਗੱਡੀ ਦਾ। ਚਲਾਵਾ ਫੁੱਲ ਮਾਰਿਆ ਕਿ ਗੁਰ ਗਾਂਧੀ ਤੇ ਨੀਲ ਪਿਆ।
ਖਾਸੇ ਨਾਲ ਹੀ ਕਲਾਮਾ ਫੁੱਲ ਮਾਰਿਆ। ਅਗਲੀ ਕਬੱਡੀ ਪਾਉਣ ਵਾਲਾ ਅਗਲੀ ਰੇਡ ਪਾਉਣ ਵਾਸਤੇ ਫਿਰ ਦੇਖਾਂਗੇ ਕਿ ਸ਼ਾਤੂ ਅਗਲੀ ਕਬੱਡੀ ਪਾਉਣ ਵਾਸਤੇ ਵੱਡਾ ਸਮਝਦਾਰ ਹੈ। ਆਓ ਕੌਡੀ ਕੌਡੀ ਕਰਦਾ ਕਬੱਡੀ ਬਣਾਈ ਹੈ। ਆਓ ਸਮਝ ਮੱਥਾ ਟਿਕਾਈ ਧਰਤੀ ਚ ਪਾਣੀ ਮਾਰ ਕੇ ਜਿਹਨਾਂ ਨੇ ਸਾਨੂੰ ਸੁਭਾਗਾ ਮੋਹ ਤੇ ਪਰਮਾਤਮਾ ਦੀ ਤਾੜੀ ਮਾਰ ਕੇ
लड़किया नौजवान बोल लगे तो पर पॉइंट जरा है तो शायद सारे मेरे बड़ा मार दूंगा सारे मेरे मार दूंगा सिंह लाइन चल रहा मेरी बेटी अगर थोड़ा जा मेरे ही हिल गया ये हिल गया तो फिर सब हिल गया तुसी मेरे दिखला देना है इधर कैमरा हिल जा रहा है तो कैमरे द्वारा लखा दुनिया जुड़ी है करोड़ा सरकार जुड़िया ने इस कबड्डी का प्रो लाइव देख रही है और पानी अगली रेडा अगली कबड्डी शांतू सार के बारे में मार दी अगली कबड्डी है कौन है अपना एस कैम को समझ देखने के और मुकाबला सार के लिए नरमाने ना रहा है तो एक घंटे का बाद आज रहा है रवि बोली कबड्डी टीम ने का कैटल फोर आता हो गया और लोग का जी फर्म बाद बढ़िया चार का कबड्डी ना सरपंच बडोरी बलविंदर सिंह जी चेयरमैन हवेलियां वाले ते नाल कहते चरण सिंह जी भोला आड़तियां वालों 500 रुपए के बड़े सरकार पुजे है आपां वड्डा धन्नवाद करते हैं बहुत सामने कबड्डी के खेड बरांदर राजन सोल दी पई हुई कबड्डी है सामने चार जाफी बहुत सामने तलवंडी चौधरी वाला अगे हुक होण दी करदा है गल पर मारदा होया नहीं सी डंकर बट्टा ते पॉइंट कहते पंजाबी लाइव टीडी टीवी डॉट कॉम के जरिए जो मैच है पूरे वर्ल्ड के लाइव दिखाया जा रहा है लोग कबड्डी निर्मल लोगों के बहुत बड़ा वाधा है उधर कहते प्रीत संघ का प्राप्त यूके जी ये जो मैच लाइव चल रहा है बार बार जी कॉल आ रही है कहते कल विशेष सरमान किया जाना है कल कुश्ती सरदार बलविंदर सिंह जी चेयरमैन कबड्डी एसोसिएशन पंजाब हवेलियां वाले
ਪੋਲਾੜ ਦੀ ਆ ਨਾਲ ਸਾਡੇ ਸਾਧ ਸਿੰਘ ਜੀ ਸਰਪੰਚ ਪਟੋਰੀ ਉਹਨਾਂ ਬੜੇ ਵੱਡੇ ਸਤਿਕਾਰ ਪੁੱਜੇ ਆ 200 ਰੁਪਈਆ ਕਰ ਲਗੜੀਏ ਨੇ ਕਹਿੰਦੇ ਸ਼ੈਡ ਉਸਾਰ ਗਰਮੇ ਤੱਕ ਪੁੱਜਦਾ ਕਰਦਾ ਹੈ ਬਹੁਤ ਤੰਗੜਾ ਕਬੱਡੀ ਦਾ ਮੈਚ ਕੁੰਡੀਆਂ ਦੇ ਸਿੱਖ ਫਿਸਣ ਵਾਲੀ ਗੱਲ ਹੈ ਸਾਹਮਣੇ ਕਬੱਡੀ ਦੇ ਖੇਡ ਮੈਦਾਨ ਅੰਦਰ ਚੱਲ ਲੋਕੋ ਨੇ ਮਾਰਿਆ ਤਾਂ ਕਬੱਡੀ ਲੈ ਵੀ ਗੋਪੀ